ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਗਰਮ ਰੁੱਤ ਦੀ ਮੂੰਗੀ, ਜਿਹੜੀ ਸੱਠੀ ਮੂੰਗੀ ਦੀ ਕਾਸ਼ਤ ਹੈ। ਵੈਸੇ ਤਾਂ ਸਮਾਂ ਹੁਣ ਜਿਹੜਾ ਹੈਗਾ, ਜਿਹੜਾ ਸਹੀ ਟਾਈਮ ਤੋਂ ਆਪਾਂ ਪਛੇਤੇ ਹਾਂ, ਪਰ ਕਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਕਿ ਜਿਹੜੀ ਹੈਗੀ ਹੈ ਮੂੰਗੀ ਦੀ, ਜਿਹੜੀ ਸੱਠੀ ਮੂੰਗੀ ਦੀ ਕਾਸ਼ਤ ਬਾਰੇ ਹੈਗੇ ਜਿਹੜੀ ਜਾਣਕਾਰੀ ਜ਼ਰੂਰ ਦਿਓ। ਸੋ ਤਾਂ ਕਰਕੇ ਮੈਂ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਕਿਉਂਕਿ ਜਿਹੜਾ ਗਰਮ ਰੁੱਤ ਦੀ ਮੂੰਗੀ ਦਾ ਸਹੀ ਟਾਈਮ ਕਿਸਾਨ ਵੀਰੋ ਹੁੰਦਾ 20 ਮਾਰਚ ਤੋਂ 10 ਅਪ੍ਰੈਲ। ਜਿਵੇਂ ਜਿਵੇਂ ਇਹ ਅਪ੍ਰੈਲ ਵੱਲੋਂ ਆਪਾਂ ਪਛੇਤੀ ਕਰਦੇ ਜਾਂਦੇ ਮੂੰਗੀ, ਤਾਂ ਉਵੇਂ ਉਵੇਂ ਜਿਹੜਾ ਹੈਗਾ ਜਦੋਂ ਪੱਕਣ ਸਮੇਂ ਫਲੀਆਂ ਤੇ ਆਉਂਦੀ ਆ, ਤਾਂ ਉਦੋਂ ਜਿਹੜੀਆਂ ਬਰਸਾਤਾਂ ਪ੍ਰੀ ਮਾਨਸੂਨ ਕਈ ਵਾਰੀ ਬਰਸਾਤਾਂ ਹੋ ਜਾਂਦੀਆਂ, ਤਾਂ ਉਹਦੇ ਵਿੱਚ ਜਿਹੜਾ ਹੈਗਾ ਫਲੀਆਂ ਖਰਾਬ ਹੋ ਜਾਂਦੀਆਂ, ਕਿਉਂਕਿ ਕਈ ਵਾਰ ਕਿਸਾਨ ਵੀ ਜਿਹੜੇ ਪਕਾਮੀ ਲਾਉਂਦੇ ਆ। ਵੈਸੇ ਜੇ ਆਪਾਂ ਸੱਠੀ ਮੂੰਗੀ ਦੀ ਕਾਸ਼ਤ ਕਰਨੀ ਆ ਹਰੀ ਖਾਦ ਵਾਸਤੇ, ਉਹ ਆਪਾਂ ਜਿਹੜਾ ਹੈਗਾ ਅਪ੍ਰੈਲ ਦੇ ਐਂਡ ਤੱਕ ਵੀ ਲਾ ਸਕਦੇ ਹੈਗੇ ਆ। ਅਤੇ ਜੇ ਪ੍ਰੀ ਮੌਨਸੂਨ ਬਰਸਾਤ ਉਦੋਂ ਨਾ ਹੋਏ ਬਾਏ ਚਾਂਸ, ਜੇ ਆਪਾਂ ਤੀਜੇ ਹਫ਼ਤੇ ਵੀ ਅਪ੍ਰੈਲ ਦੇ ਬਿਜਾਈ ਕੀਤੀ ਕਣਕ ਦੀ ਵਾਢੀ ਕਰਕੇ, ਤਾਂ ਫਿਰ ਆਪਾਂ ਜਿਹੜੀਆਂ ਫਲੀਆਂ ਤੋੜ ਕੇ ਅਤੇ ਬਾਕੀ ਜਿਹੜੀ ਮੂੰਗੀ ਨੂੰ ਖੇਤ ਵਿੱਚ ਵਾਹ ਕੇ ਜਿਹੜੀ ਹਰੀ ਖਾਦ ਲੈ ਸਕਦੇ ਹਾਂ। ਮਤਲਬ ਕਿ ਹਰੀ ਖਾਦ ਤਾਂ ਆਪਾਂ ਨੂੰ ਮਿਲਣੀ ਹੀ ਮਿਲਣੀ ਹੈ। ਜੇ ਆਪਣਾ ਜਿਹੜਾ ਹੈਗਾ ਫਲੀਆਂ ਮਿਲ ਜਾਣ, ਤਾਂ ਉਹਦੇ ਨਾਲ ਜਿਹੜੀ ਆਪਣੀ ਆਮਦਨ ਵੀ ਹੋ ਸਕਦੀ ਹੈ। ਖਰਚਾ ਆਪਣਾ ਸਿਰਫ ਹੁੰਦਾ ਹੈ ਕਿਸਾਨ ਵੀਰੋ ਜਿਹੜਾ ਬੀਜਤਾ, ਅਤੇ ਜਿਹੜੀ ਆਪਾਂ ਬਿਜਾਈ ਜਿਹੜੀ ਹੈਗੀ ਆ, ਅੱਗੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਕਿ ਇਹਦੀ ਆਪਾਂ ਬਿਜਾਈ ਜਿਹੜੀ ਕਣਕ ਵਾਲੇ ਵੱਢ 'ਚ ਬਿਨਾਂ ਖੇਤ ਨੂੰ ਵਾਹ ਕਿਸ ਤਰ੍ਹਾਂ ਕਰ ਸਕਦੇ ਹਾਂ, ਅਤੇ ਜਿਹੜੀ ਹੈਗੀ ਕਿਸਮਾਂ, ਅਤੇ ਆਪਾਂ ਬੀਜ ਜਿਹੜਾ ਹੈਗਾ ਆਪਾਂ ਨੂੰ ਕਿੱਥੋਂ ਮਿਲ ਸਕਦਾ ਹੈ, ਉਹਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਸੋ ਜਿਹੜੇ ਨਵੇਂ ਕਿਸਾਨ ਵੀ ਜੁੜੇ, ਉਹਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦੱਬ ਲਓ, ਤਾਂ ਕਿ ਹਰ ਇੱਕ ਨਵੀਂ ਵੀਡੀਓ, ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਗਰਮ ਰੱਬ ਦੀ ਮੂੰਗੀ ਆ ਕਿਸਾਨ ਵੀਰੋ ਜਿਹੜਾ ਹੈਗਾ, ਆਮ ਤੌਰ 'ਤੇ ਆਪਾਂ ਕਣਕ ਦੇ ਵੱਢ 'ਚ ਵੀ ਕਿਸਾਨ ਵੀਰ ਲਾਉਂਦੇ ਆ। ਅੱਗੇ ਜਿਹੜੀ ਕਣਕ ਥੋੜ੍ਹੀ ਜਿਹੀ ਗੇਤੀ ਆ ਜਾਂਦੀ ਸੀ, ਹੁਣ ਜਿਵੇਂ ਜਿਵੇਂ ਹੈਗਾ ਐਤਕੀ ਵੀ ਜਿਹੜੀ ਠੰਡ ਰਹੀ ਆ, ਜਾਂ ਕਈ ਵਾਰ ਜਿਹੜੀ ਹੈਗੀ ਆ ਕਣਕ ਆਪਾਂ ਜਿਹੜੀ ਬਿਜਾਈ ਹੈ ਉਹ ਜਿਵੇਂ ਨਵੰਬਰ ਦੇ ਐਂਡ ਤੱਕ ਹੁੰਦੀ ਆ, ਤਾਂ ਉਹਦੇ ਵਿੱਚ ਜਿਹੜੀ ਹੈਗੀ ਕਣਕ ਲੇਟ ਹੋ ਜਾਂਦੀ, ਉਹਦੇ ਨਾਲ ਜਿਹੜੀ ਬਿਜਾਈ ਆ ਉਹ ਸੱਠੀ ਮੂੰਗੀ ਦੀ ਜਿਹੜੀ ਕਿਸਾਨ ਵੀਰ ਬਿਜਾਈ ਕਰਨੀ ਚਾਹੁੰਦੇ ਉਹ ਪਛੜ ਜਾਂਦੀ ਆ। ਵੈਸੇ ਇਹਦਾ ਸਹੀ ਟਾਈਮ ਆ ਜਿਹੜਾ 20 ਮਾਰਚ ਤੋਂ 10 ਅਪ੍ਰੈਲ ਹੈ। ਜੇ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਜ਼ਮੀਨ ਵਿੱਚ ਜਿਹੜੀਆਂ ਕੜਰਾਠੀਆਂ ਜ਼ਮੀਨਾਂ ਨੇ ਜਾਂ ਸੇਮ ਵਾਲੀ ਜ਼ਮੀਨ ਆ ਕਿਸਾਨ ਵੀਰ, ਉੱਥੇ ਜਿਹੜੀ ਹੈਗੀ ਆ ਵਧੀਆ ਢੰਗ ਨਾਲ ਜਿਹੜੀ ਮੂੰਗੀ ਆ ਉਹਦੀ ਗਰੋਥ ਨਹੀਂ ਹੁੰਦੀ, ਪਰ ਜੇ ਆਪਾਂ ਹਰੀ ਖਾਦ ਵਾਸਤੇ ਬੀਜਣੀ ਆ, ਤਾਂ ਉੱਥੇ ਆਪਾਂ ਜਿਹੜੀ ਹੈਗੀ ਆ ਮੂੰਗੀ ਦੀ ਫਸਲ ਜਾਂ ਜਿਹੜੀ ਹੈਗੀ ਆ ਪਕਾਵੀ ਰਵਾਂ ਦੀ ਫਸਲ ਆ ਜਿਹੜੀ ਉਹ ਬੀਜ ਸਕਦੇ ਹਾਂ। ਕਿਸਮਾਂ ਦੇ ਵਿੱਚ SML 1827 ਕਿਸਾਨ ਵੀਰੋ ਲੇਟੈਸਟ ਕਿਸਮ ਆ, ਇਹਦੇ ਵਿੱਚ ਪੀਲੇ ਚਿਤਕਬਰੀ ਦਾ ਰੋਗ ਵੀ ਨਹੀਂ ਪੈਂਦਾ ਹੈਗਾ, ਅਤੇ ਚੰਗਾ ਝਾੜ ਹੁੰਦਾ, 5 ਕੁਇੰਟਲ ਐਵਰੇਜ ਜਿਹੜਾ ਝਾੜ ਆ ਪ੍ਰਤੀ ਏਕੜ। ਜੇ ਇਹ ਚੰਗੀ ਫਸਲ ਹੋ ਜਾਵੇ ਅਤੇ ਬਰਸਾਤਾਂ ਤੋਂ ਬਚ ਜਾਵੇ ਪੱਕਣ ਸਮੇਂ, ਅਤੇ 62 ਦਿਨ ਦੇ ਵਿੱਚ ਪੱਕ ਜਾਂਦੀ ਹੈ। ਇਦੋਂ ਇਲਾਵਾ TMB 37 ਕਿਸਮ ਹੈ, ਇਹ ਵੀ ਠੀਕ ਹੈ, 4.9 ਕੁਇੰਟਲ ਪ੍ਰਤੀ ਏਕੜ ਝਾੜ 60 ਦਿਨ 'ਚ ਪੱਕ ਜਾਂਦੀ ਹੈ। ਅੱਗੇ SML 832 ਹੈ, ਇਹ 4.6 ਕੁਇੰਟਲ ਜਿਹੜਾ PAU ਲੁਧਿਆਣਾ ਵੱਲੋਂ ਝਾੜੇ ਦਾ ਦੱਸਿਆ ਗਿਆ, ਅਤੇ ਐਵਰੇਜ ਝਾੜ ਹੈ ਇਹ ਕਿਸਾਨ ਵੀਰੋ। ਆਪਣੇ ਜਿਹੜਾ ਆਮ ਫਾਰਮਰਾਂ ਦੇ ਕਿਸਾਨਾਂ ਵਿੱਚ 6-7 ਕੁਇੰਟਲ ਤੱਕ ਵੀ ਇਹ ਕਿਸਮਾਂ ਕਈ ਵਾਰ ਝੜ ਜਾਂਦੀਆਂ, ਪਿਛਲੇ ਸਾਲਾਂ ਦੇ ਵਿੱਚ ਝੜੀਆਂ ਵੀ ਨੇ, ਅਤੇ 61 ਦਿਨ 'ਚ ਪੱਕ ਜਾਂਦੀ। SML 668 ਜਿਹੜੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵਧੀਆ ਵਰਾਇਟੀ ਹੈ SML 668, ਪਹਿਲਾਂ ਕਿਸਾਨ ਵੀਰ ਬੜਾ ਇਹਨੂੰ ਪਸੰਦ ਕਰਦੇ ਸੀਗੇ, ਪਰ ਹੁਣ ਇਹਦੇ ਵਿੱਚ ਕਈ ਵਾਰ ਜਿਹੜਾ ਹੈਗਾ ਜਿਹੜਾ ਪੀਲੀ ਚਿਤਕਬਰੀ ਦਾ ਰੋਗ ਪੈ ਜਾਂਦਾ, ਇਸ ਕਰਕੇ ਜਿਹੜੀ ਸਭ ਤੋਂ ਵਧੀਆ ਲੇਟੈਸਟ ਵਰਾਇਟੀ SML 1827 ਹੈ। ਇਹਨਾਂ ਵਰਾਇਟੀਆਂ 'ਚ ਤੁਸੀਂ ਕੋਈ ਵੀ ਵਰਾਇਟੀ ਜਿਹੜਾ ਤੁਹਾਨੂੰ ਬੀਜ ਮਿਲਦਾ ਉਹ ਤੁਸੀਂ ਲਾ ਸਕਦੇ ਹੋ। ਜ਼ਮੀਨ ਦੀ ਤਿਆਰੀ 'ਚ ਕਿਸਾਨ ਵੀਰੋ ਆਪਾਂ ਜਿਹੜਾ ਮੋਸਟਲੀ ਹੁਣ ਜਿਹੜਾ ਹੈਗਾ ਕੋਸ਼ਿਸ਼ ਕਰੋ ਕਿ ਜਿਹੜਾ ਹੈਗਾ ਜੀਰੋ ਡਰੈਲ ਨਾਲ ਬਿਨਾਂ ਖੇਤ ਨੂੰ ਵਾਹੇ ਆਪਾਂ ਬਿਜਾਈ ਕਰ ਸਕਦੇ ਹਾਂ, ਜੇ ਆਪਾਂ ਕਣਕ ਜਿਹੜੀ ਹੱਥੀਂ ਵਢਾਈ ਹੈ। ਜੇ ਕੰਬਾਈਨ ਨਾਲ ਵਢਾਈ ਆ, ਖੇਤ ਦੇ ਵਿੱਚ ਜਿਹੜਾ ਹੈਗਾ ਕਣਕ ਦਾ ਨਾੜ ਪਿਆ, ਤਾਂ ਫਿਰ ਆਪਾਂ PAU ਹੈਪੀ ਸੀਡਰ ਨਾਲ ਜਿਹੜੀ ਮੂੰਗੀ ਦੀ ਬਿਜਾਈ ਕਰ ਸਕਦੇ ਹਾਂ ਬਿਨਾਂ ਵਾਹੇ। ਬਿਜਾਈ ਦੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਲਾਸਟ ਤੀਜੇ ਹਫ਼ਤੇ ਤੱਕ ਅਪ੍ਰੈਲ ਦੇ ਤੱਕ ਕਰ ਸਕਦੇ ਹਾਂ, ਵੈਸੇ ਹੁਣ ਜਿਹੜਾ ਸਹੀ ਸਮਾਂ ਲੰਘ ਚੁੱਕਿਆ। ਪਰ ਜੇ ਆਪਾਂ ਹਰੀ ਖਾਦ ਲੈਣੀ ਜਾਂ ਜਿਹੜਾ ਹੈਗਾ ਆਪਾਂ ਇੱਕ ਬੀਜ ਸਕਦੇ ਹਾਂ ਕਿ ਹਰੀ ਖਾਦ ਤਾਂ ਆਪਾਂ ਨੂੰ ਮਿਲਣੀ ਹੈ, ਜੇ ਬਰਸਾਤਾਂ ਤੋਂ ਪਹਿਲਾਂ ਹੋ ਜਾਵੇ ਤਾਂ ਜਿਹੜਾ ਉਹਦੀਆਂ ਫਲੀਆਂ ਆਪਾਂ ਤੋੜ ਸਕਦੇ ਹਾਂ। SML 668 ਲਈ 15 ਕਿਲੋ ਪ੍ਰਤੀ ਏਕੜ ਬੀਜ, ਅਤੇ ਬਾਕੀ ਕਿਸਮਾਂ ਲਈ ਆਪਾਂ 12 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ। ਬੀਜ ਨੂੰ ਕਿਸਾਨ ਵੀਰੋ ਜਵਾਣੂ ਖਾਦ ਦਾ ਟੀਕਾ ਜੇ ਤੁਸੀਂ ਲਾ ਸਕਦੇ ਹਾਂ ਜ਼ਰੂਰ, ਰਾਈਜੋਬੀਅਮ LSMR1 ਜਾਂ ਰਾਈਜੋਬੀਅਮ ਜਿਹੜਾ RB3 ਇਹ ਲਾ ਸਕਦੇ ਹਾਂ, ਰਾਈਜੋ ਬੈਕਟੀਰੀਅਮ RB3 ਇਹ ਜਿਹੜਾ ਹੈਗਾ ਬੀਜ ਨੂੰ ਤੁਸੀਂ ਜੇ ਤੁਹਾਨੂੰ ਜਿਹੜਾ ਹੈਗਾ ਮਿਲਦਾ ਹੈ KVK ਤੋਂ ਜਾਂ ਜਿਹੜਾ ਫਾਰਮਰ ਸਲਾਹਕਾਰ ਕੇਂਦਰ ਜਿਹੜੇ ਬਣੇ ਹੋਏ ਆ ਉਹਨਾਂ ਤੋਂ ਤਾਂ ਲਾ ਸਕਦੇ ਹੋ। ਬਿਜਾਈ ਦਾ ਜਿਹੜਾ ਹੈਗਾ ਜੇ ਤੁਸੀਂ ਸਿਆੜਾਂ 'ਚ ਫਾਸਲਾ ਉਹ ਜਿਵੇਂ ਹੈਗਾ 22.5 ਸੈਂਟੀਮੀਟਰ ਤਕਰੀਬਨ ਜਿਹੜਾ ਰੱਖਣਾ ਤੁਸੀਂ, ਅਤੇ ਬੀਜ ਡਰੈਲ 0-till drill ਜਾਂ ਹੈਪੀ ਸੀਡਰ ਕਿਸੇ ਨਾਲ ਵੀ ਤੁਸੀਂ ਇਹਦੀ ਬਿਜਾਈ ਕਰ ਸਕਦੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬੀਜ ਹੈ ਜਿਹੜਾ ਉਹ 2-3 ਇੰਚ ਤੱਕ ਜਿਹੜਾ ਡੂੰਘਾ ਬੀਜੋ, ਜ਼ਿਆਦਾ ਡੂੰਘਾਈ 'ਤੇ ਬੀਜਣ ਦੀ ਜ਼ਰੂਰਤ ਨਹੀਂ ਹੈਗੀ।
ਅਤੇ ਖਾਦਾਂ ਕਿਸਾਨ ਵੀਰੋ ਨੂੰ ਬਹੁਤੀਆਂ ਜਿਹੜੀਆਂ ਪਾਉਣ ਦੀ ਜ਼ਰੂਰਤ ਨਹੀਂ ਗੀ ਸੱਠੀ ਮੂੰਗੀ ਨੂੰ, ਕਿਉਂਕਿ ਜਿਹੜਾ ਆਪ ਹੀ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਫਿਕਸ ਕਰਦੀ, ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੀ ਆ, ਅਤੇ ਖਾਦਾਂ ਦੀ ਇਹਨੂੰ ਕੋਈ ਆਮ ਜ਼ਿਆਦਾ ਜ਼ਰੂਰਤ ਨਹੀਂ। ਜੇ ਵਾਹਣ ਥੋੜ੍ਹਾ ਜਿਹਾ ਜ਼ਿਆਦਾ ਹਲਕਾ ਹੈਗਾ ਤਾਂ ਫਿਰ ਤੁਸੀਂ ਜਿਹੜਾ ਹੈ ਉਹਦੇ ਵਿੱਚ 10-12 ਕਿਲੋ ਯੂਰੀਆ ਬਿਜਾਈ ਸਮੇਂ ਅਤੇ ਸਿੰਗਲ ਸੁਪਰ ਫਾਸਫੇਟ ਦਾ 1-1.5 ਗੱਟਾ ਪਾ ਸਕਦੇ ਹੋ। ਨਦੀਨਾਂ ਦੀ ਰੋਕਥਾਮ ਵਾਸਤੇ ਕੋਸ਼ਿਸ਼ ਕਰੋ ਕਿ ਜਿਹੜਾ ਹੈਗਾ ਕੈਮੀਕਲ ਜਿਹੜੇ ਨਦੀਨਨਾਸ਼ਕ ਨਾ ਵਰਤੋ। ਜੇ ਜ਼ਿਆਦਾ ਨਦੀਨ ਹੁੰਦੇ ਆ ਜਿਹੜੇ ਖੇਤਾਂ ਦੇ ਵਿੱਚ ਤਾਂ ਉੱਥੇ ਤੁਸੀਂ ਸਟੋਂਪ ਪੈਂਡੀਮੈਥਲਿਨ ਹੈ ਜਿਹੜੀ ਉਹ ਬਿਜਾਈ ਤੋਂ 2 ਦਿਨ ਦੇ ਅੰਦਰ ਅੰਦਰ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੀ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ ਹੈ ਕਿਸਾਨ ਵੀਰੋ, ਜੇ ਪਾਣੀ ਹੈ ਜਿਹੜਾ ਪਾਣੀ ਤੁਸੀਂ ਪਹਿਲਾ ਪਾਣੀ ਹੈ ਜਿਹੜਾ ਕਿਸਾਨ ਵੀਰੋ ਬਿਜਾਈ ਤੋਂ ਘੱਟੋ ਘੱਟ 20-25 ਦਿਨ ਪਹਿਲਾਂ, 20-25 ਦਿਨ ਜਿਹੜਾ ਹੈਗਾ ਬਾਅਦ 'ਚੋਂ ਲਾਓ ਜਿਹੜਾ ਤੁਸੀਂ ਵੱਢ ਦੇ ਵਿੱਚ ਬੀਜਣਾ ਹੈਗਾ। ਜੇ ਵਾਹਣ ਜ਼ਿਆਦਾ ਖੁਸ਼ਕ ਆ ਤਾਂ ਫਿਰ ਤੁਸੀਂ ਉਦੋਂ ਪਹਿਲਾਂ ਵੀ ਪਾਣੀ ਲਾ ਸਕਦੇ ਹੋ, ਅਤੇ ਜਿਹੜਾ ਆਖਰੀ ਪਾਣੀ ਹੈ, ਕਿਉਂਕਿ 3-4 ਪਾਣੀ ਲੱਗ ਜਾਣੇ ਕਿਉਂਕਿ ਅੱਗੇ ਜਾ ਕੇ ਗਰਮੈਸ਼ ਵੱਧ ਜਾਂਦੀ ਹੈ, ਆਖਰੀ ਪਾਣੀ ਬਿਜਾਈ ਤੋਂ 55 ਕੁ ਦਿਨ ਤੱਕ ਲਾ ਦਿਓ ਤਾਂ ਕਿ ਜਿਹੜੀਆਂ ਫਲੀਆਂ ਇੱਕ ਸਾਰ ਪੱਕ ਜਾਣ। 50-55 ਦਿਨ 'ਤੇ ਲਾਸਟ ਪਾਣੀ ਲਾ ਦਿਓ, ਉਸ ਤੋਂ ਬਾਅਦ ਪਾਣੀ ਨਾ ਲਾਓ, ਨਹੀਂ ਤਾਂ ਫਿਰ ਇਹ ਦੁਬਾਰਾ ਜਿਹੜਾ ਹੈਗਾ ਵਧਣ ਲੱਗ ਪੈਂਦਾ, ਫਲੀਆਂ ਇੱਕ ਸਾਰ ਨਹੀਂ ਪੱਕਦੀਆਂ, ਫਿਰ ਫਲੀਆਂ ਆਪਾਂ ਨੂੰ ਵਾਰ ਵਾਰ ਤੋੜਨੀਆਂ ਪੈਂਦੀਆਂ, ਸਮੱਸਿਆ ਆਉਂਦੀ ਹੈ। ਅਤੇ ਇਹਨੂੰ ਆਪਾਂ ਜਿਹੜਾ ਹੈਗਾ ਬਾਅਦ 'ਚੋਂ ਜੇ ਸਾਰੀ ਵੱਢ ਕੇ ਵੀ ਆਪਾਂ ਥਰੈਸ਼ਰ ਰਾਹੀਂ ਵੀ ਕੱਢ ਸਕਦੇ ਹਾਂ ਅਤੇ ਫਲੀਆਂ ਤੋੜ ਕੇ ਉਹਨੂੰ ਖੇਤ ਦੇ ਵਿੱਚ ਵਾਹ ਸਕਦੇ ਹਾਂ। ਇਹ ਦੋਨੋਂ ਤਰੀਕਿਆਂ ਨਾਲ ਜਿਹੜੀ ਆਪਾਂ ਇਹ ਮੂੰਗੀ ਦੀ ਫਸਲ ਆ ਲੈ ਸਕਦੇ ਹਾਂ। ਜੇ ਆਪਾਂ ਗੱਲ ਕਰੀ ਬੀਜ, ਆਪਾਂ ਨੂੰ ਕਿਸਾਨ ਵੀਰੋ ਬੀਜ ਤੁਸੀਂ ਜਿਹੜਾ ਹੈਗਾ ਤੁਹਾਡੇ ਜ਼ਿਲ੍ਹੇ ਦੇ KVKs ਆ ਉੱਥੇ ਤੁਸੀਂ ਸੰਪਰਕ ਕਰ ਸਕਦੇ ਹਾਂ, ਜਾਂ ਆਪਣੇ ਜਿਹੜੇ ਖੇਤੀਬਾੜੀ ਬਲਾਕ ਦਫ਼ਤਰ ਆ ਉੱਥੇ ਤੁਸੀਂ ਜਿਹੜਾ ਸੰਪਰਕ ਕਰਕੇ ਉੱਥੋਂ ਪਤਾ ਕਰ ਸਕਦੇ ਹੋ ਵੀ ਜੇ ਬੀਜ ਅਵੇਲੇਬਲ ਹੈ KVKs ਦੇ ਵਿੱਚ ਤਾਂ ਅਵੇਲੇਬਲ ਜਿਹੜਾ ਹੈਗਾ ਬੀਜ ਤੁਸੀਂ ਪਤਾ ਕਰ ਸਕਦੇ ਹੋ। ਉੱਥੇ SML 18-27 ਕਿਸਮ ਆ ਜਿਹੜੀ ਉਹ ਅਵੇਲੇਬਲ ਹੋ ਸਕਦੀ ਹੈ, ਇਸ ਟਾਈਮ ਤੁਸੀਂ ਬੀਜ ਉੱਥੋਂ ਪਤਾ ਕਰ ਸਕਦੇ ਹੋ, ਨਹੀਂ ਫਿਰ ਪ੍ਰਾਈਵੇਟ ਡੀਲਰ ਤੋਂ ਤੁਸੀਂ, ਕਿਉਂਕਿ ਹੁਣ ਜਿਹੜੇ ਹੈਗੇ ਉਹਨਾਂ ਦੇ ਨਾਲ ਫੋਨ 'ਤੇ ਸੰਪਰਕ ਕਰੋ, ਜੇ ਉਹਨਾਂ ਕੋਲ ਅਵੇਲੇਬਲ ਹੋ ਤਾਂ ਤੁਹਾਨੂੰ ਜਿਹੜੀ ਹੈਗੀ ਪਹੁੰਚ ਵੀ ਉਹ ਦੇਣਗੇ, ਜਿਸ ਤਰ੍ਹਾਂ ਕਿ ਹੁਣ ਇਸ ਟਾਈਮ ਜਿਹੜੇ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਆ। ਸੋ ਇਸ ਤੋਂ ਬਿਨਾਂ ਜੇ ਤੁਹਾਨੂੰ ਕੋਈ ਹੋਰ ਸਵਾਲ ਹੋਵੇ, ਸੁਝਾਅ ਹੋਵੇ ਤਾਂ ਜ਼ਰੂਰ।